ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਪੰਜਾਬ ਗੁਰੂਕੁਲ ਕਲਾਸਿਸ ਦੇ ਉੱਤੇ ਆਪਾਂ ਮੈਥ ਦੀਆਂ ਕਲਾਸਾਂ ਦੇ ਵਿੱਚ ਭਾਗ ਨਾਲ ਸੰਬੰਧਿਤ ਸਵਾਲਾਂ ਦੀ ਗੱਲ ਕਰ ਰਹੇ ਸੀਗੇ ਤੇ ਕਾਫੀ ਸਾਰੇ ਸਵਾਲਾਂ ਦੀ ਗੱਲ ਕਰ ਚੁੱਕੇ ਆਪਾਂ ਵੀ ਕਿੱਦਾਂ ਦੇ ਸਵਾਲ ਆ ਸਕਦੇ ਆ ਕਿੱਦਾਂ ਦੇ ਸਵਾਲ ਆਏ ਹੋਏ ਨਾ ਤੇ ਉਸੇ ਲੜੀ ਦੇ ਵਿੱਚ ਆਪਾਂ ਇੱਕਾ ਦੋਕਾ ਜੋ ਸਵਾਲ ਰਹਿੰਦੇ ਨੇ ਭਾਗ ਨਾਲ ਸੰਬੰਧਿਤ ਬੜੇ ਸੌਖੇ ਸਵਾਲ ਨੇ ਇਹ ਹਨਾ ਜਿਵੇਂ ਇਹਨਾਂ ਨੂੰ ਲਿਖ ਦੇ ਦਿੰਦੇ ਨੇ ਹੱਲ ਕਰੋ ਸਰਲ ਕਰੋ ਸਿੰਪਲੀਫਾਈ ਸਿੰਪਲੀ ਤੇ ਜਾਂ ਫਿਰ ਸੋਲਵ ਇੱਕੋ ਹੀ ਗੱਲ ਆ ਹਨਾ ਤੇ ਇਹ ਆਪਾਂ ਸਵਾਲ ਹੱਲ ਕਰ ਜਾਈਏ ਇਸ ਤੋਂ ਬਾਅਦ ਆਪਾਂ ਕੁਝ ਕੁ ਹੋਰ ਸਵਾਲ ਜੋ ਪਹਿਲੀ ਲੜੀ ਦੇ ਨਾਲ ਸੰਬੰਧਿਤ ਨੇ ਆਪਣੇ ਜਾਂ ਇਹਦੇ ਨਾਲ ਸੰਬੰਧਿਤ ਨੇ ਉਹਨਾਂ ਦੀ ਗੱਲ ਕਰਾਂਗੇ ਤੇ ਇਹ ਤੋਂ ਬਾਅਦ ਆਪਾਂ ਇੱਕ ਨਵਾਂ ਟੌਪਿਕ ਸ਼ੁਰੂ ਕਰਾਂਗੇ ਤੇ ਅੱਜ ਆਪਾਂ ਇਹਨਾਂ ਸੌਖੇ ਜਿਹੇ ਸਵਾਲਾਂ ਦੀ ਗੱਲ ਕਰਦੇ ਆਂ ਦੇਖੋ ਇਹ ਮਤਲਬ ਇਹਨਾਂ ਤਰੀਕਿਆਂ ਨਾਲ ਸਵਾਲ ਆ ਸਕਦੇ ਨੇ ਜਿਵੇਂ ਦਸ਼ਮਲਵ ਲਾ ਕੇ ਜਾਂ ਪੁਆਇੰਟ ਕਹਿ ਲੋ ਨੂੰ ਬਿੰਦੂ ਕਹਿ ਲੋ ਹਨਾ 0.63 ਭਾਗ ਦੇਣੀ ਇਹਨੂੰ 9 ਨਾਲ .00042 ਨੂੰ ਭਾਗ ਦੇਣੀ ਆ 7 ਨਾਲ ਇਧਰਲੇ ਪਾਸੇ ਪੁਆਇੰਟ ਲਿਖਿਆ ਹੋਇਆ ਇਹਦੇ ਇਧਰਲੇ ਪਾਸੇ ਪੁਆਇੰਟ ਲਿਖਿਆ ਜਿਵੇਂ 35 ਨੂੰ ਭਾਗ ਦੇਣੀ ਆ .007 ਨਾਲ ਇਹਦੇ ਦੋਨੋਂ ਪਾਸੇ ਪੁਆਇੰਟ ਆ ਜਾਂ ਬਟਿਆਂ ਬੜੀ ਸੰਖਿਆ ਹਨ ਨੂੰ ਕਿਵੇਂ ਭਾਗ ਦੇਣਾ ਬੜੀਆਂ ਸੌਖੀਆਂ ਜੀਆਂ ਤੇ ਸਰਲ ਜੀਆਂ ਗੱਲਾਂ ਨੇ ਇਹ ਆਪਾਂ ਮਤਲਬ ਜਲਦੀ ਜਲਦੀ ਨਿਬੇੜਦੇ ਆ ਇਹ ਹਾਂ ਜਿਵੇਂ ਆਪਾਂ ਪਹਿਲਾ ਸਵਾਲ ਹੈ ਆਪਣਾ 0.63 ਭਾਗ ਨੋ ਦੇਖੋ ਪਹਿਨੀ ਗੱਲ ਤਾਂ ਆਪਾਂ ਪਹਿਲੀਆਂ ਵੀਡੀਓ ਦੇ ਵਿੱਚ ਵੀ ਗੱਲ ਕੀਤੀ ਹੈ ਮੈਂ ਦੁਬਾਰਾ ਫੇਰ ਦੱਸਦਾਗਾ ਵੀ ਚਾਹੇ ਤਾਂ ਲਿਖ ਦਿਓ 0.63 ਪੁਆਇੰਟ ਇਹਦੇ ਅੱਗੇ ਜ਼ੀਰੋ ਲਾਉਣੀ ਆ ਤਾਂ ਲਾ ਸਕਦੇ ਹੋ ਜੇ ਨਹੀਂ ਲਾਉਣੀ ਤਾਂ ਨਹੀਂ ਵੀ ਲਾਉਗੇ ਤਾਂ ਕੋਈ ਗਲਤ ਨਹੀਂ ਹੁੰਦਾ ਕਿਉਂ ਪੁਆਇੰਟ ਤੋਂ ਇਧਰ ਦੇ ਪਾਸੇ ਜੇ ਕੱਲੀ ਸਿਫਰ ਆ ਕੱਲੀ ਜ਼ੀਰੋ ਆ ਤਾਂ ਕੋਈ ਮੁੱਲ ਨਹੀਂ ਉਸੇ ਤਰ੍ਹਾਂ 0.63 ਜੀ ਇਹਦੇ ਪਿੱਛੇ ਸਿਫਰ ਆ 1 ਆ ਭਾਵੇਂ 2 ਆ ਤੇ ਭਾਵੇਂ 3 ਆ ਇਹਨਾਂ ਦਾ ਵੀ ਕੋਈ ਮੁੱਲ ਨਹੀਂ ਜੇ ਲੱਗੀਆਂ ਨਾ ਤਾਂ ਆਪਾਂ ਕੱਟ ਸਕਦੇ ਹਾਂ ਜੇ ਸਿਫਰਾਂ ਸਿਰਫ ਸਿਫਰਾਂ ਜੇ ਇਸ ਤਰ੍ਹਾਂ ਵੀ ਸਿਫਰਾਂ ਤੋਂ ਬਾਅਦ ਕੋਈ ਅੰਕ ਆਉਂਦਾ 1 ਤੋਂ ਲੈ ਕੇ 9 ਤੱਕ ਕੋਈ ਅੰਕ ਆਉਂਦਾ ਫਰਜ਼ ਕਰੋ ਵੀ 7 ਆ ਗਿਆ ਵਿਚਕਾਰੋਂ ਆਪਾਂ ਸਿਫਰਾਂ ਨਹੀਂ ਕੱਟ ਸਕਦੇ ਆਪਾਂ ਉਸ ਹਾਲਤ ਦੇ ਵਿੱਚ ਸਿਫਰਾਂ ਕੱਟ ਸਕਦੇ ਜਦੋਂ ਕੱਲੀਆਂ ਸਿਫਰਾਂ ਨੇ ਤੇ ਉਹ ਤੋਂ ਬਾਅਦ ਕੋਈ ਅੰਕ ਨਹੀਂ ਪਰ ਉਹ ਤੋਂ ਕੀ ਰਕਮ ਤੋਂ ਅੱਗੇ ਕੀ ਆਉਂਦਾ ਹੋਵੇ ਪੁਆਇੰਟ ਆਉਂਦਾ ਹੋਵੇ ਤਾਂ ਇਹਨੂੰ ਇਸ ਤਰ੍ਹਾਂ ਲਿਖ ਸਕਦੇ ਆਂ ਹਾਂਜੀ ਤਾਂ ਦੇਖੋ ਇਹਦਾ ਕੋਈ ਮੁੱਲ ਨਹੀਂ ਘਟਦਾ ਆਪਾਂ ਤੇ ਇਹਨੂੰ ਆਪਾਂ ਕੀ ਕਹਿ ਸਕਦੇ ਆਂ ਲਿਖ ਸਕਦੇ ਆਂ ਦੇਖੋ ਮੈਂ ਤੁਹਾਨੂੰ ਸੌਖਾ ਤਰੀਕਾ 63 ਪੁਆਇੰਟ ਪੁਆਇੰਟ ਹਟਾ ਕੇ نیچے ਕੀ ਲੱਗਦਾ ਹੁੰਦਾਗਾ 1 ਠੀਕ ਹੈ ਜੀ ਇਧਰਲੇ ਪਾਸੇ ਕਿੰਨੇ ਅੰਕ ਆ 2 1 2 ਦੋ ਸਿਫਰਾਂ ਲਾ ਦਿਓ ਜਿੰਨੇ ਅੰਕ ਆ ਭਾਗ ਠੀਕ ਹੈ ਜੀ 9 ਜਿਹਦੇ ਵਟਾ ਕੁਛ ਨਹੀਂ ਉਹਦੇ ਵਟਾ ਕਿੰਨਾ ਹੁੰਦਾਗਾ 1 ਤਾਂ ਇਹਨੂੰ ਲਿਖਾਂਗੇ ਆਪਾਂ 9/1 ਠੀਕ ਹਾਂਜੀ ਇਹ ਆ ਗਿਆ ਫਿਰ ਇਹ ਤੋਂ ਅਗਲੀ ਲਾਈਨ ਦੇ ਵਿੱਚ ਆਪਾਂ ਕੀ ਕਰਾਂਗੇ 63/100 ਗੁਣਾ ਭਾਗ ਨੂੰ ਕੀ ਬਣਾ ਦੇਣੀ ਆ ਆਪਾਂ ਗੁਣਾ ਤੇ 9/1 ਹੈ ਜੋ ਇਹਦਾ ਬਣ ਜੂਗਾ 1/9 1/9 ਦੇਖੋ ਪਹਿਲੀ ਜੋ ਰਕਮ ਹੈ 63/100 ਇਹਨੂੰ ਨਹੀਂ ਬਦਲਣਾ ਆਪਾਂ 63/100 ਉਸੇ ਤਰ੍ਹਾਂ ਹੀ ਆਜੂ ਭਾਗ ਦਾ ਗੁਣਾ ਬਣਾ ਕੇ ਜਿਹੜੀ ਭਾਗ ਤੋਂ ਅਗਲੀ ਰਕਮ ਆਪਣੇ ਕੋਲੇ ਜ 9/1 ਤਾਂ ਇਹਨੂੰ ਕੀ ਬਣਾ ਦੇਣਾਗਾ ਆਪਾਂ 1/9 ਹੁਣ ਇਸ ਤੋਂ ਬਾਅਦ ਕੱਟਣ ਦਾ ਪ੍ਰੋਸੈਸ ਸ਼ੁਰੂ ਹੁੰਦਾ ਦੇਖੋ ਇਹ ਆਪਸ ਵਿੱਚ ਨਹੀਂ ਕੱਟੇ ਜਾਂਦੇ ਇਹ ਆਪਸ ਵਿੱਚ ਨਹੀਂ ਕੱਟੇ ਜਾਂਦੇ ਤਾਂ ਆਪਾਂ ਉੱਪਰਲੀ ਰਕਮ ਨੂੰ ਨੀਚੇ ਵਾਲੀ ਰਕਮ ਨਾਲ ਕੱਟਣਾ ਹੁੰਦਾ ਚਾਹੇ ਉਹ ਇਹ ਸਿੱਧੀ ਨਾਲ ਕੱਟਦੀ ਹੈ ਜਿਹਦੀ ਬਿਲਕੁਲ ਇਹਦੇ નીચે ਹੈ ਤੇ ਚਾਹੇ ਇਹਦੇ ਜਿਹੜਾ ਟੇਢੀ ਹੈ ਜਾਂ ਇਧਰਾ ਮਤਲਬ ਉਧੇ ਨਾਲ ਕੱਟ ਸਕਦੇ ਆ ਆਪਾਂ ਤਾਂ ਇੱਕ ਨਾ ਆ ਨਾ ਆ ਤੇ ਸਤ ਨਾ ਆ 36 ਤਾਂ ਇਹ ਤੋਂ ਬਾਅਦ ਕੀ ਆ ਜੋ ਆਪਣੇ ਕੋਲੇ 71 7 ਉੱਪਰਲੇ ਦੇ ਉੱਪਰਲੇ ਨਾਲ ਗੁਣਾ ਤੇ نیچے ਵਾਲੇ ਦੀ نیچے ਵਾਲੇ ਨਾਲ ਗੁਣਾ 100 ਨਾਲ ਗੁਣਾ ਕੀਤੇ 100 100 ਤਾਂ ਦੇਖੋ ਪੁਆਇੰਟ ਜਦੋਂ ਕੱਟਿਆ ਸੀ ਤਾਂ ਆਪਾਂ /100 ਲਾਤਾ ਸੀਗਾ ਪੁਆਇੰਟ ਦਾ ਇੱਕ ਲਾਇਆ ਸੀਗਾ ਤੇ ਇਧਰਲੇ ਪਾਸੇ ਜਿੰਨੇ ਅੰਕ ਹੋਣ 6 3 ਯਾਨੀ ਦੋ ਅੰਕ ਆ ਤਾਂ ਦੋ ਸਿਫਰ ਲਾਤੀਏ ਹੁਣ ਦੇਖੋ ਉੱਪਰ ਤੁਹਾਨੂੰ ਪਤਾ ਵੀ ਜਦੋਂ ਕੋਈ ਭਿੰਨ ਹੋਵੇ ਆਪਣੇ ਕੋਲੇ 3 4 ਇਹ ਭਿੰਨ ਆ ਆਪਾਂ ਇਹ ਤੋਂ ਅਗਲਾ ਜੋ topic ਸ਼ੁਰੂ ਕਰਾਂਗੇ ਉਹ ਭਿੰਨਾਂ ਬਾਰੇ ਸ਼ੁਰੂ ਕਰਾਂਗੇ ਭਿੰਨ ਜਾਂ ਫ੍ਰੈਕਸ਼ਨ ਕਹਾਂਗੇ ਇੰਗਲਿਸ਼ ਦੇ ਵਿੱਚ ਆਪਾਂ ਇਹਨੂੰ ਭਿੰਨਾਂ ਚਲੋ ਹਲਕੀ ਜੀ ਗੱਲ ਕਰਦੇ ਇੱਥੇ ਆਪਾਂ ਉੱਪਰ ਵਾਲੀ ਰਕਮ ਨੂੰ ਕਿਹਾ ਜਾਂਦਾ ਹੁੰਦਾ ਅੰਸ਼ ਤੇ ਨੀਚੇ ਵਾਲੀ ਰਕਮ ਨੂੰ ਕਿਹਾ ਜਾਂਦਾ ਹੁੰਦਾ ਹਰ ਨਿਊਮਰੇਟਰ ਡਿਨੋਮੀਨੇਟਰ ਤੇ ਸਾਰੀ ਨੂੰ ਕੀ ਕਿਹਾ ਜਾਂਦਾ ਹੁੰਦਾ ਇਸ ਨੂੰ ਵਟਿਆਂ ਵਾਲੀ ਸੰਖਿਆ ਨੂੰ ਜਿਹੜੀ ਆਪਾਂ ਭਿੰਨ ਕਹਿ ਸਕਦੇ ਹਾਂ ਤੇ ਇੰਗਲਿਸ਼ ਦੇ ਵਿੱਚ ਫ੍ਰੈਕਸ਼ਨ ਕਹਿ ਦਿੰਦੇ ਹਾਂ ਮੈਂ ਦੱਸਣ ਇਹਦੇ ਤਾਂ ਆਪ ਮੈਂ ਦੱਸਦੇ ਤੁਹਾਨੂੰ ਵੀ ਉੱਪਰ ਅੰਕ ਅੰਛ ਉਦਾਂ ਹੀ ਲਿਖ ਦਿਓ ਜਿਵੇਂ ਹੈ 7 7 ਲਿਖਦੇ ਠੀਕ ਆ ਜੀ ਹੁਣ ਨੀਚੇ ਦੇਖੋ ਹਰ ਨੂੰ ਸਿਫਰਾਂ ਕਿੰਨੀਆਂ ਹਨ ਦੋ ਦੋ ਸਿਫਰਾਂ ਤਾਂ ਦੋ ਅੰਕ ਛੱਡ ਕੇ ਆਪਾਂ ਬਿੰਦੂ ਪੁਆਇੰਟ ਜਾਂ ਦਸ਼ਮਲਵ ਕੁਝ ਵੀ ਕਹਿ ਸਕਦੇ ਤੁਸੀਂ ਉਹ ਲਾਉਣਾ ਹੈ ਇੱਕ ਅੰਕ ਤਾਂ ਹੈ ਇੱਕ ਅੰਕ ਤੁਸੀਂ ਆਪਦੇ ਕੋਲੋਂ ਲਾ ਸਕਦੇ ਹੋ ਸਿਫਰ ਲਾ ਲਈ ਤੇ ਉਦੋਂ ਬਾਅਦ ਵਿੱਚ ਕੀ ਲਾਤਾ ਆਪਾਂ ਪੁਆਇੰਟ ਤਾਂ ਇਹਦਾ ਉੱਤਰ ਆ ਜਾਊਗਾ ਠੀਕ ਆ ਜੀ ਇਹ ਠੀਕ ਆ ਤੇ ਜੇ ਹਾਂ ਜੀ ਜੇ ਇਹ ਬਿਲਕੁਲ ਤੁਸੀਂ ਸੌਖੇ ਤਰੀਕੇ ਨਾਲ ਕਰਨਾਗਾ ਤਾਂ ਦੇਖੋ ਇਹਨੂੰ ਕਿਵੇਂ ਕਰਾਂਗੇ ਆਪਾਂ ਇਸ ਤਰ੍ਹਾਂ 9 7 63 ਮਤਲਬ ਕੀ ਆ ਗਿਆ 7 ਤੇ ਪੁਆਇੰਟ ਪੁਆਇੰਟ ਹੋਣੀ ਜੇ ਦੇਖੋ ਇੱਥੇ ਲਾਤਾ ਆਪਾਂ ਤਾਂ ਗਲਤ ਆ ਕਿਉਂ ਗਲਤ ਆ ਪੁਆਇੰਟ ਤੋਂ ਇਧਰਲੇ ਪਾਸੇ ਕਿੰਨੇ ਅੰਕ ਆ ਦੋ ਅੰਕ ਆ ਇੱਥੇ ਪੁਆਇੰਟ ਤੋਂ ਇਧਰਲੇ ਪਾਸੇ ਕਿੰਨੇ ਅੰਕ ਆ ਸਿਰਫ ਇੱਕ ਅੰਕ ਆ ਤਾਂ ਦੋ ਅੰਕ ਲੋਣੇ ਪੈਣਗੇ ਆਪਾਂ ਆਪਦੇ ਕੋਲ ਲਾ ਸਕਦੇ ਸਿਰਫ 0 ਜ਼ੀਰੋ ਲਾ ਸਕਦੇ ਆ ਜੀ ਇਸ ਤਰ੍ਹਾਂ ਲਾਤਾ ਦੇਖੋ ਇਹ ਵੀ ਗਲਤ ਹੋ ਜਾਊਗਾ ਕਿਉਂਕਿ ਮੈਂ ਤੁਹਾਨੂੰ ਦੱਸਿਆ ਪੁਆਇੰਟ ਤੋਂ ਬਾਅਦ ਅੰਕ ਅੰਕ ਤੋਂ ਬਾਅਦ ਜੇ ਸਿਫਰ ਲੱਗੀ ਹੋਈ ਆ ਹੋਰ ਕੋਈ ਅੰਕ ਨਹੀਂਗਾ ਤਾਂ ਉਹ ਕੱਟੀ ਜਾ ਸਕਦੀ ਆ ਤਾਂ ਇਹਦਾ ਤਾਂ ਕੋਈ ਮੁੱਲ ਨਹੀਂ ਹੋਇਆ ਤੇ ਇਹਦਾ ਮਤਲਬ ਕੀ ਹੋ ਗਿਆ ਵੀ ਸਿਫਰ ਆਪਾਂ ਨੂੰ ਕਿੱਥੇ ਲਾਉਣੀ ਪਊਗੀ ਅੱਗੇ ਲਾਉਣੀ ਪਊ ਉਹ ਨਹੀਂ ਉੱਤਰ ਇਸ ਤਰ੍ਹਾਂ ਆਉਗਾ ਹਾਂਜੀ ਅਗਲਾ ਸਵਾਲ ਆਪਾਂ ਸ਼ਾਰਟ ਤਰੀਕੇ ਨਾਲ ਹੀ ਕਰਾਂਗੇ ਵੀ ਸਵਾਲ ਹੈ ਜੋ ਦੇਖੋ ਪੁਆਇੰਟ 3042 4 2 ਤੇ ਭਾਗ ਹੈ 7 ਨੰਨ ਦੇਣੀਆ ਦੇਖੋ ਜੀ ਤਾਂ ਕੀ ਕਰਨਾ ਆਪਾਂ 7 6 42 ਠੀਕ ਆ ਇਹ ਆਜੂਗਾ ਸਾਰੇ ਨੂੰ ਕੱਟ ਦਿਓ 7 6 42 ਤਾਂ ਹੁਣ ਦੇਖੋ ਆਪਾਂ ਇੱਥੇ ਆ ਗਏ ਸਿਰਫ 6 ਹੁਣ ਇੱਥੇ ਪੁਆਇੰਟ ਤੋਂ ਬਾਅਦ ਦੇਖੋ ਕਿੰਨੇ ਅੰਕ ਸੀ 1 2 3 4 5 ਪੰਜ ਅੰਕ ਸੀ ਤਾਂ ਆਪਾਂ ਚਾਰ ਕੀ ਲਾ ਦੇਾਂਗੇ ਸਿਫਰਾ ਲਾ ਦੇਾਂਗੇ ਇਹ ਆਜੂ ਆਪਣਾ ਉੱਤਰ ਸੀ ਇਹਦੇ ਵਿੱਚ ਕੀ ਫਰਕ ਆ ਇਦੇ ਵਿੱਚ ਫਰਕ ਹੈ ਆਪਣੇ ਕੋਲੇ ਪੁਆਇੰਟ ਸੱਜੇ ਪਾਸੇ ਵੱਲੀ ਜੋ ਰਕਮਾ ਉਹਦੇ ਵਿੱਚ ਲਿਖਿਆ ਹੋਇਆ ਹੈਗਾ ਤਕਸੀਦ ਸਵਾਲ ਹੈ ਜੋ ਇਹ ਹੈ ਆਪਣੇ ਕੋਲੇ 35 ਭਾਗ ਪੁਆਇੰਟ 007 ਤੇ ਉਸੇ ਤਰ੍ਹਾਂ ਇਹਨੂੰ ਲਿਖ ਲਓ ਜਿਹਦੇ ਵੱਟਾ ਕੁਝ ਨਹੀਂ ਇਹਦੇ ਵਿੱਚ ਪੁਆਇੰਟ ਤਾਂ ਲੱਗਿਆ ਨਹੀਂਗਾ ਜੀ ਉਹਦੇ ਵੱਟਾ ਕੀ ਲੱਗ ਸਕਦੇ ਆ ਆਪਾਂ 1 ਤੇ ਇਹਨੂੰ ਕੀ ਲਿਖ ਦੇਣਾ ਆਪਾਂ 35/1 ਅਗਲੀ ਇੱਥੇ ਲਿਖ ਜੁਏ 35/1 ਭਾਗ ਇੱਥੇ ਕੀ ਅੰਕ ਸਿਰਫ 7 ਵਟਾ ਪੁਆਇੰਟ ਕੱਟ ਕੇ ਕੀ ਲਾਤਾ ਆਪਾਂ 1ਾ ਇੱਧਰਲੇ ਪਾਸੇ ਕਿੰਨੇ ਅੰਕ ਤਿੰਨ ਤਿੰਨ ਲਾਤੀਆਂ ਆਪਾਂ ਸਿਫਰਾਂ ਹਾਂਜੀ 35 ਵਟਾ 1 ਭਾਗ ਦਾ ਕੀ ਬਣ ਗਿਆ ਗੁਣਾ ਉੱਪਰ ਬਣ ਗਏ 1000 ਦੇਖੋ ਦੋਨੋਂ ਕੰਮ ਇਕੱਠੇ ਕਰਨੇ ਆ ਜਿਹੜੀ ਲਾਈਨ ਦੇ ਵਿੱਚ ਜਿਹੜੇ ਸਟੈਪ ਦੇ ਵਿੱਚ ਆਪਾਂ ਭਾਗ ਦਾ ਗੁਣਾ ਬਣਾਇਆਗਾ ਉਸੇ ਦੇ ਨਾਲ ਹੀ ਇਹ ਪਲਟ ਦੇਣੀ ਆਪਾਂ ਅੰਸ਼ ਨੂੰ ਹਰ ਬਣਾ ਦੇਣਾ ਤੇ ਹਰ ਨੂੰ ਅੰਸ਼ ਬਣਾ ਦੇਣਾ 1000/7 7*5 35 1*7 7 मतलब की ਵੀ 7 ਦੇ ਟੇਬਲ ਵਿੱਚ ਪਹਿਲੇ ਨੰਬਰ ਤੇ 7 ਆਉਂਦਾ ਤੇ 5ਵੇਂ ਨੰਬਰ ਤੇ 35 ਆਉਂਦੇ ਆ ਤੇ ਗੁਣਾ ਬਿਲਕੁਲ ਸਿੰਪਲ ਹੁੰਦੇ ਉੱਪਰਲੇ ਨੂੰ ਉੱਪਰ ਦੇ ਨਾਲ ਗੁਣਾ ਹੁਣ ਇਹਨੂੰ ਕੱਟ ਨਹੀਂ ਦੇਣਾ 5 ਨੂੰ 1000 ਨਾਲ ਕੱਟ ਨਹੀਂ ਦੇਣਾ ਬੇਟਾ ਕਿਉਂ ਨਹੀਂ ਕੱਟਣਾ ਕਿਉਂਕਿ ਦੇਖੋ ਵਟਿਆਂ ਵਾਲੀ ਰਕਮ ਦੇ ਵਿੱਚ 1000 ਕੀ ਆ ਅੰਕ 5 ਕੀ ਆ ਅੰਕ ਅੰਛ ਅੰਛ ਨਾਲ ਨਿਕਟਿਆ ਜਾਂਦਾ ਹੁੰਦਾ ਅੰਛ ਹਰ ਨਾਲ ਕਟਿਆ ਜਾਂਦਾ ਹੁੰਦਾ ਤੇ ਹਾਰਾ ਜਿਹੜਾ ਉਹ ਅੰਛ ਨਾਲ ਕਟਿਆ ਜਾਂਦਾ ਹੁੰਦਾ 5 ਨੂੰ 1000 ਨਾਲ ਹੋ ਜੀ ਗੁਣਾ 5 1 5 3 ਫਿਫਰਾਂ ਨਾਲ ਉਸੇ ਆ ਕਿ ਮਤਲਬ 5 ਨੂੰ 1000 ਨਾਲ ਗੁਣਾ ਕੀਤੀ 5000 ਤੇ 1 1 ਇਕਮ 1 ਆ ਗਿਆ ਤੇ 1 ਲਾਓ ਚਾਹੇ ਨਾ ਲਾਓ ਆਪਾਂ ਪਹਿਲਾਂ ਗੱਲ ਕਰ ਚੁੱਕੇ ਆ ਤੇ ਇਹਦਾ ਉੱਤਰ ਆ ਜੂਗਾ ਸਿਰਫ 5000 ਈ ਸਵਾਲ ਇਹਦੇ ਵਿੱਚ ਕੀ ਆ ਵੀ ਦੋਨੋਂ ਪਾਸੇ ਪੁਆਇੰਟ ਲੱਗੇ ਹੋਏ ਨਾ ਤਾਂ d ਦੇ ਵਿੱਚ ਆਪਾਂ ਗੱਲ ਕਰਦੇ ਹਾਂ 0.00042 ਭਾਗ 0.06 ਪੁਆਇੰਟ ਤੋਂ ਅੱਗੇ ਸਿਫਰਾਂ ਇਹਨੂੰ ਕੱਟ ਸਕਦੇ ਆ ਇਹਦੀ ਵੀ ਪੁਆਇੰਟ ਤੋਂ ਅੱਗੇ ਸਿਫਰਾਂ ਇਹਨੂੰ ਵੀ ਕੱਟ ਸਕਦੇ ਆ ਆਪਾਂ ਤਾਂ ਕੀ ਬਣ ਜੂਗਾ ਇਹ ਦੇਖੋ ਇਹ ਇਹਦੇ ਵਿੱਚ ਸਿਰਫ ਤੁਹਾਨੂੰ ਦਿਖ ਰਿਹਾਗਾ 42 ਪੁਆਇੰਟ ਦਾ ਲੱਗ ਹੈ 1 ਕਾ 1 2 3 4 5 5 ਅੰਕਾਂ ਤਾਂ 5 ਲੱਗ ਗਈਆਂ ਸਿਫਰਾਂ ਹਾਂਜੀ ਭਾਗ ਇਹਦੇ ਵਿੱਚ ਦਿੱਸ ਰਿਹਾ ਆਪਾਂ ਨੂੰ ਸਿਰਫ 6 ਪੁਆਇੰਟ ਦਾ 1 ਕਾ ਇਹਦੇ ਪਾਸੇ ਦੋ ਅੰਕਾਂ ਤਾਂ ਦੋ ਸਿਫਰਾਂ ਲੱਗੀਆਂ ਠੀਕ ਹੈ ਜੀ ਚਾਹੇ ਸਿੱਧਾ ਕੱਟ ਲਿਆ ਕਰੋ ਇਸ ਨੂੰ 6 ਕੰਮ 6 6742 ਤੇ ਦੋ ਸਿਫਰਾਂ ਨਾਲ ਦੋ ਸਿਫਰਾਂ ਤੇ ਨਹੀਂ ਤਾਂ ਫਿਰ ਉਹੀ ਤਰੀਕਾ ਹੈ ਜੋ 42 ਨੂੰ ਵਟੇ ਲਾ ਦੇਣਾ ਆਪਾਂ ਪੰਜ ਸਿਫਰਾਂ ਤੇ ਭਾਗ ਦਾ ਕੀ ਬਣਾ ਦੇਣਾ ਆਪਾਂ ਗੁਣਾ 6 ਵਟਾ 100 ਦਾ ਕੀ ਬਣ ਜੂਗਾ ਹੁਣ 100 ਵਟਾ 6 ਤਾਂ 6 ਨੂੰ ਤਾਂ 7 ਨਾਲ ਕੱਟਾ ਜਾਉ ਕਿਉਂਕਿ 6ਵੇਂ ਨੰਬਰ ਦੇ 6 ਦੇ ਪਹਾੜੇ ਵਿੱਚ 7ਵੇਂ ਨੰਬਰ ਤੇ ਕੀ ਆਉਂਦੇ ਆ 42 ਤੇ ਆ ਦੋ ਸਿਫਰਾਂ ਨਾਲ ਕੱਟੀਆਂ ਦੋ ਸਿਫਰਾਂ ਕੀ ਰਹਿ ਗਿਆ ਸਿਰਫ 7/1000 ਤੇ ਇਹ ਨੂੰ ਜੇ ਆਪਾਂ ਦਸ਼ਮਲਵ ਦੇ ਵਿੱਚ ਲਿਖਾਂਗੇ ਤਾਂ ਕਿੰਨਾ ਆਜੋ 7 ਸਿਫਰਾਂ ਕਿੰਨੀਆਂ ਨੇ 3 1 2 3 1 2 3 1 2 3 ਆ ਲਓ ਜੀ ਇਹ ਆ ਗਿਆ ਆਪਣਾ ਉੱਤਰ 3/4 ਭਾਗ 3/4 ਦੇਖੋ ਪਹਿਲੀ ਗੱਲ ਤਾਂ ਤੁਹਾਨੂੰ ਇਹ ਉਹੀ ਸਮਝ ਜਾਣਾ ਚਾਹੀਦਾ ਵੀ 3/4 ਤੇ 3/4 ਬਰਾਬਰ ਆ ਇਹ ਵੀ 3/4 ਆ ਇਹ ਵੀ 3/4 ਤੇ ਜਦੋਂ ਬਰਾਬਰ ਦੀ ਰਕਮ ਨੂੰ ਬਰਾਬਰ ਦੀ ਰਕਮ ਤੇ ਭਾਗ ਦਈਏ ਉੱਤਰ ਆਉਂਦਾ ਹੁੰਦਾ ਹੈਗਾ 1 ਐਗਜ਼ਾਮਪਲ ਇਸ ਤਰ੍ਹਾਂ ਦੇ ਸਕਦੇ ਵੀ ਆਪਣੇ ਕੋਲੇ ਫਰਜ਼ ਕਰੋ 8 ਟੌਫੀਆਂ ਠੀਕ ਹੈ ਜੀ ਤੇ 8 ਹੀ ਬੱਚੇ ਆ 8 ਟਾਫੀਆਂ 8 ਬੱਚਿਆਂ 'ਚ ਵੰਡਣੀ ਆ ਮਤਲਬ ਬਰਾਬਰ ਦੀ ਰਕਮ ਨੂੰ ਬਰਾਬਰ ਦੇ ਬੱਚਿਆਂ ਦੇ ਵਿੱਚ ਵੰਡਣਾਗਾ ਤਾਂ ਹਰੇਕ ਬੱਚੇ ਨੂੰ ਕਿੰਨੀਆਂ-ਕਿੰਨੀਆਂ ਟਾਫੀਆਂ ਆ ਜਾਣਗੀਆਂ ਇੱਕ-ਇੱਕ ਟਾਫੀ ਆਊਗੀ ਮਤਲਬ 8 ਨੂੰ 8 'ਤੇ ਵੰਡਣਾ ਹੈ ਆਪਾਂ ਜੀ ਉਸੇ ਤਰ੍ਹਾਂ ਜਦੋਂ ਬਰਾਬਰ ਦੀ ਰਕਮ ਨੂੰ ਬਰਾਬਰ ਦੀ ਰਕਮ ਤੇ ਭਾਗ ਦਿੰਨੇ ਆਪਾਂ ਜਾਂ ਵੰਡਦੇ ਆ ਤਾਂ ਕਿੰਨਾ ਆ ਜਾਂਦਾ ਹੁੰਦਾ ਇੱਕ ਆ ਜਾਂਦਾ ਹੁੰਦਾ ਆਪਣੇ ਕੋਲੇ ਤਾਂ 3/4 ਨੂੰ ਭਾਗ ਦਿੱਤੀ ਕਿ 3/4 ਤੇ ਕਿ 나ਜੂ 1 ਤੇ ਜੇ ਆਪਾਂ ਉਸੇ ਪ੍ਰੋਸੈਸ ਨਾਲ ਚੱਲਣਾ ਜਿਵੇਂ ਪਹਿਲਾ ਸਵਾਲ ਕੀਤਾ ਹੈ ਤਾਂ ਅਗਲੀ ਰਕਮ ਤਾਂ ਚੇਂਜ ਨਹੀਂ ਹੁੰਦੀ ਹੁੰਦੀ 3/4 ਮਤਲਬ 3/4 ਭਾਗ ਦਾ ਬਣ ਗਿਆ ਆਪਣੇ ਕੋਲੇ ਗੁਣਾ ਤੇ ਇਹ 3/4 ਆ ਜਿਹੜੀ ਕੀ ਬਣ ਗਈ 4/3 ਤਾਂ 3 ਨਾਲ 3 ਕੱਟਿਆ ਗਿਆ 1 1 ਮਤਲਬ 3 ਦੇ ਟੇਬਲ ਦੇ ਵਿੱਚ ਪਹਿਲੇ ਨੰਬਰ ਤੇ ਜਾਂ ਪਹਿਲੇ ਨੰਬਰ ਤੇ ਕੀ ਆਉਂਦਾ 1 ਆਉਂਦਾ 4 ਦੇ ਪਹਾੜੇ ਦੇ ਵਿੱਚ ਵੀ 1 ਤੇ 1 ਹੁਣ ਗੁਣਾ ਕਰੋ ਉੱਪਰ ਦੇ ਉੱਪਰ ਨਾਲ ਗੁਣਾ 1 1ਮ 1 ਕ 1 1 ਕਮ 1 ਕਮ ਹਾਂਜੀ ਬਟਾ ਵਾਲਾ ਇੱਕ ਆਪਾਂ ਘਟ ਸਕਦੇ ਹੁੰਦੇ ਆ ਤਾਂ ਉੱਤਰ ਕੀ ਆ ਜੂਗਾ ਇਸ ਤਰ੍ਹਾਂ ਵੀ ਕੀ ਆ ਜੂਗਾ ਉੱਤਰ ਹਾਂਜੀ ਐਫ 8/7 ਤੇ ਭਾਗ 16/21 ਐਫ ਠੀਕ ਹੈ ਜੀ ਇਹਨੂੰ ਕੀ ਕਰਾਂਗੇ ਬਟਾ ਆਪਾਂ ਉਹੀ 8/7 ਹੈ ਜੋ 8/7 ਲਿਖਤਾ ਭਾਗ ਨੂੰ ਬਣਾ ਲਿਆ ਗੁਣਾ ਤੇ 16/21 ਕੀ ਬਣਗੇ 21/ 16 ਹੁਣ ਅੰਛ ਹਰ ਨਾਲ ਕੱਟਿਆ ਜਾਊਗਾ 8 1 8 ਤੇ 8 2 16 7 1 7 ਤੇ 7 3 21 ਮਤਲਬ 7 ਦੇ ਟੇਬਲ ਦੇ ਵਿੱਚ ਪਹਿਲੇ ਨੰਬਰ ਤੇ 7 ਤੇ ਤੀਸਰੇ ਨੰਬਰ ਤੇ 21 8 ਦੇ ਟੇਬਲ ਦੇ ਵਿੱਚ ਪਹਿਲੇ ਨੰਬਰ ਤੇ 8 ਤੇ ਦੂਸਰੇ ਨੰਬਰ ਤੇ 16 ਤੇ ਇਹਨੂੰ ਕਰਦੇ ਹੋ ਗੁਣਾ ਇੱਥੇ 1 ਆ ਇੱਥੇ 3 ਆ 1 3 3 ਮਾਟਾ 2 1 2 ਇੱਥੇ 1 ਆ ਇੱਥੇ 2 ਆ ਇਹਨਾਂ ਦੀ ਆਪਸ ਵਿੱਚ ਗੁਣਾ ਹੋ ਕੇ 3 2 ਆਪਣੇ ਕੋਲੇ ਆ ਗਿਆ ਉੱਤਰ जी छे बटा ते भाग दो बटा तीन हाँ जी छे बटा पाँच छे बटा पां ही आ गया अपने को भाग का बन गया अपने को गुणा दो बटा तिना तो ते तीन बटा दो हूँ देखो जरा कटिया जाएगा दो तीए छ मतलब दो का छोटा टेबल पढ़ना आप दो छे दि छोटा गा दो ਦੋ ਦਾ ਟੇਬਲ ਪੜਾਂਗੇ ਆਪਾਂ ਤਾਂ ਪਹਿਲੇ ਨੰਬਰ ਤੇ 2 ਤੇ ਤੀਤੀ ਫਿਰ ਇਹ ਨੰਬਰ ਤੇ 6 ਹੁਣ ਇਹ ਕੱਟਿਆ ਜਾਂਦਾ ਜ਼ਰੂਰੀ ਨਹੀਂ ਵੀ ਕੱਟਿਆ ਜਾਂਦਾ ਹੋਵੇ ਹਾਂਜੀ ਤਾਂ ਜਿਹੜਾ ਇਹ ਨਹੀਂ ਕੱਟਿਆ ਜਾਂਦਾ ਤਾਂ ਕੋਈ ਚੱਕਰ ਨਹੀਂ ਨਾ ਕਟੋ ਬਸ ਇਸ ਤੋਂ ਬਾਅਦ ਜਿਹੜਾ ਰਹਿ ਗਿਆ ਇੱਥੇ ਉੱਪਰ ਕਿੰਨਾ ਰਹਿ ਗਿਆ 3 6 ਕੱਟਿਆ ਗਿਆ ਇੱਥੇ ਉੱਪਰ ਕਿੰਨਾ ਰਹਿ ਗਿਆ 3 ਇਹਨਾਂ ਦੀ ਗੁਣਾ ਕਰਦੇ ਹੋ ਕਿਉਂਕਿ ਗੁਣਾ ਦਾ ਨਿਸ਼ਾਨਾ ਵਿਚਾਲੇ 3 3 ਕਿਉਤੀਓ 9 ਇੱਥੇ ਕਿੰਨਾ 5 ਗੁਣਾ ਇੱਥੇ ਕੱਟ ਕੇ ਤੋਂ ਬਾਅਦ ਕਿੰਨਾ ਰਹਿ ਗਿਆ 1 5 1 5 ਹਾਂਜੀ ਇਹ ਆ ਗਿਆ ਆਪਣਾ ਉੱਤਰ ਹਾਂਜੀ ਬੇਟਾ ਅੱਗੇ ਆਪਾਂ ਇੱਕ ਅਗਲਾ ਹੋਰ ਸਵਾਲ ਕਰਦੇ ਆਂ ਇਹਨਾਂ ਸਵਾਲਾਂ ਦੇ ਕਰਨ ਦਾ ਮਤਲਬ ਇਹ ਆਪਣਾ ਵੀ ਕੋਈ ਇਦਾਂ ਦਾ ਸਵਾਲ ਨਾ ਰਹੇ ਜੇ ਜੋ ਤੁਹਾਨੂੰ ਪੇਪਰ 'ਚ ਆ ਜਾਏ ਤੇ ਆਪਾਂ ਉਸ ਕਿਸਮ ਦਾ ਸਵਾਲ ਨਾ ਕੀਤਾ ਹੋਵੇ ਤਾਂ ਇਹ ਸਵਾਲ ਹੈ ਜੋ ਹੈ ਸੌਖਾ ਜੇ ਤੁਸੀਂ ਪਹਿਲੀਆਂ ਵੀਡੀਓਜ਼ ਦੇਖੀਆਂ ਹੋਣੀਆਂ ਪਹਿਲੀ ਦੂਜੀ ਦੇ ਵਿੱਚ ਆਪਾਂ ਜੋ ਗੱਲ ਕੀਤੀ ਸੀ ਉਹਨਾਂ ਵੀਡੀਓ ਨਾਲ ਰਿਲੇਟਡ ਆ ਹੈ ਅੱਛਾ ਇੱਕ ਗੱਲ ਹੋਰ ਆ ਵੀ ਜੇ ਤੁਹਾਡੇ ਵਿੱਚ ਕੰਟੀਨਿਊਟੀ ਹੈਗੀ ਆ ਲਗਾਤਾਰਤਾ ਹੈਗੀ ਆ ਤੁਸੀਂ ਸਾਰੀਆਂ ਵੀਡੀਓ ਚ ਨੂੰ ਮੇਰੀਆਂ ਨੂੰ ਧਿਆਨ ਨਾਲ ਇਸੇ ਤਰ੍ਹਾਂ ਹਰੇਕ ਵੀਡੀਓ ਧਿਆਨ ਨਾਲ ਦੇਖਿਆ ਕਰੋ ਨੋਟ ਕਰ ਲਿਆ ਕਰੋ ਜੇ ਆਪਣੀਆਂ ਵੀਡੀਓ ਖਾਸ ਕਰਕੇ ਉਹਨਾਂ ਬੱਚਿਆਂ ਵਾਸਤੇ ਜੋ ਬਿਲਕੁਲ ਮੈਥ ਨੂੰ ਵਿਸਾਰ ਚੁੱਕੇ ਹੁੰਦੇ ਨੇ ਭੁੱਲ ਚੁੱਕੇ ਹੁੰਦੇ ਨੇ ਜਦਾਂ ਵੱਡੀਆਂ ਕਲਾਸਾਂ ਦੇ ਵਿੱਚ ਇਹ ਹੋ ਜਾਂਦਾ ਕਿ ਆਪਾਂ ਨੂੰ 5-5 ਸਾਲ 3-3 ਸਾਲ 10-12 ਸਾਲ ਮੈਥ ਛੱਡੇ ਨੂੰ ਹੋ ਗਏ ਹੁੰਦੇ ਨੇ ਤੇ ਉਤੋ ਬਾਅਦ ਜੁੜਨਾ ਔਖਾ ਹੋ ਜਾਂਦਾ ਤਾਂ ਬਿਲਕੁਲ 0 ਤੋਂ ਚੱਲੇ ਆਪਾਂ ਟੌਪ ਤੱਕ ਜਾਵਾਂਗੇ ਬਸ ਤੁਸੀਂ ਬਣੇ ਰਹੋ ਇਸ ਤਰ੍ਹਾਂ ਫਿਰ ਇਹ ਸਵਾਲ ਹੈ ਆਪਣਾ ਅੱਗੇ ਜੇ a ਅਤੇ b ਪ੍ਰਕਿਰਤਿਕ ਸੰਖਿਆਵਾਂ માં ਹੋਣ ਪ੍ਰਕਿਰਤਿਕ ਸੰਖਿਆਵਾਂ ਦੀ ਗੱਲ ਕੀਤੀ ਸੀ ਆਪਾਂ ਕਿਹੜੀਆਂ ਹੁੰਦੀਆਂ ਹਨ ਨਾ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਇਹਨਾਂ ਨੂੰ ਨੇਚਰਲ ਨੰਬਰ ਨੇਚਰਲ ਨੰਬਰਸ ਹੋਣ ਤਾਂ ਨਿਮਨ ਵਿੱਚੋਂ ਮਤਲਬ ਜੋ ਦਿੱਤੀਆਂ ਹੋਈਆਂ ਨੇ ਹੇਠਾਂ ਲਿਖੀਆਂ ਵਿੱਚੋਂ ਕਿਹੜੀ ਪ੍ਰਕਿਰਤਿਕ ਸੰਖਿਆ ਨਹੀਂ ਹੋ ਸਕਦੀ ਕਿਹੜੀ ਪ੍ਰਕਿਰਤਿਕ ਸੰਖਿਆ ਨਹੀਂ ਹੋਵੇਗੀ ਪਹਿਲੀ ਹੈ a+b ab c ਹੈ a/b ਤੇ d ਹੈ not none of these ਜਾਂ ਮਤਲਬ ਪੰਜਾਬੀ ਦੇ ਵਿੱਚ ਲਿਖ ਦਿਆਂਗੇ ਆਪਾਂ ਉਪਰੋਕਤ ਵਿੱਚੋਂ ਕੋਈ ਨਹੀਂ ਕੋਈ ਨਹੀਂ ਹਾਂਜੀ ਦੇਖੋ a ਤੇ b ਪ੍ਰਕਿਰਤਿਕ ਸੰਖਿਆਵਾਂ ਇਹਨਾਂ ਨੇ ਕਿਹਾ ਹੋਇਆ ਤਾਂ ਤੁਸੀਂ ਕੀ ਕਰੋ a ਤੇ b ਨੂੰ ਪ੍ਰਕਿਰਤਿਕ ਸੰਖਿਆ ਮੰਨ ਲਓ ਆਪਦੇ ਕੋਲੋਂ ਕੋਈ ਵੀ ਮੰਨ ਲਓ ਪਰ ਤੁਹਾਨੂੰ ਹੁਣ ਦੇਖੋ ਸਵਾਲ ਇਹ ਹੈ ਵੀ ਕੀ ਤੁਹਾਨੂੰ ਪ੍ਰਕਿਰਤਿਕ ਸੰਖਿਆਵਾਂ ਦਾ ਪਤਾ ਵਾਟ ਆਰ ਨੇਚਰਲ ਨੰਬਰਸ ਨੇਚਰਲ ਨੰਬਰ ਕੀ ਹੁੰਦੇ ਹਨ ਪ੍ਰਕਿਰਤਿਕ ਸੰਖਿਆਵਾਂ ਕੀ ਹੁੰਦੀਆਂ ਜੇ ਪਤਾ ਤਾਂ ਕੋਈ ਵੀ ਮੰਨ ਲਓ ਮੈਂ ਤੁਹਾਡੇ ਯਾਦ ਕਰਵਾ ਦਿੰਦਾ ਵੀ ਪ੍ਰਕਿਰਤਿਕ ਸੰਖਿਆਵਾਂ ਉਹ ਸੰਖਿਆਵਾਂ ਹੁੰਦੀਆਂ ਹਨ ਜੋ ਇੱਕ ਤੋਂ ਸ਼ੁਰੂ ਹੁੰਦੀਆਂ ਹਨ 1 2 3 4 5 ਤੇ ਅੰਤ ਨਹੀਂ ਕੋਈ ਇਸ ਤਰ੍ਹਾਂ ਚਲਦੀਆਂ ਹੀ ਰਹਿੰਦੀਆਂ ਹਨ ਸਭ ਤੋਂ ਛੋਟੀ ਪ੍ਰਕਿਰਤਿਕ ਸੰਖਿਆ ਕੀ ਹੈ ਆਪਣੇ ਕੋਲੇ 1 ਤਾਂ ਤੁਸੀਂ ਕੋਈ ਵੀ ਦੋ ਪ੍ਰਕਿਰਤਿਕ ਸੰਖਿਆ ਮੰਨ ਸਕਦੇ ਹੋ ਜੋ ਵੀ ਤੁਹਾਡਾ ਦਿਲ ਕਰਦਾ ਇੱਕ ਤੋਂ ਵੱਡੀ ਇੱਕ ਵੀ ਹੋ ਸਕਦੀ ਹੈ ਮੰਨ ਕੇ ਚਲੋ ਮੈਂ ਮੰਨ ਲਿਆ ਇਹਨੂੰ 5 ਮੰਨ ਲਿਆ ਤੇ ਇਹਨੂੰ ਮੰਨ ਲਿਆ 4 ਤਾਂ ਹੁਣ ਇਹ ਕਹਿੰਦਾ ਵੀ ਇਹਨਾਂ ਦੇ ਵਿੱਚੋਂ ਕਿਹੜੀ ਪ੍ਰਕਿਰਤਿਕ ਸੰਖਿਆ ਨਹੀਂ ਹੋ ਸਕਦੀ ਏ ਦੇ ਵਿੱਚ ਇਸ਼ਾਰਾ ਕਰਦਾਗਾ ਇਹ ਵੀ ਉਹਨਾਂ ਦੋਵੇਂ ਸੰਖਿਆਵਾਂ ਦਾ ਜੋੜ ਜਦੋਂ ਆਪਾਂ ਕਰਦੇ ਆ ਏ ਤੇ ਬੀ ਦਾ ਜੋੜ ਕਰਦੇ ਆ ਕਿ ਉਹ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਏ ਤੇ ਬੀ ਦਾ ਜੋੜ ਏ ਪਲੱਸ ਬੀ ਪਰ ਆਪਾਂ ਤਾਂ ਏ ਮੰਨ ਚੁੱਕੇ ਆ ਵੀ 5 ਆ ਤੇ ਬੀ ਮੰਨ ਚੁੱਕੇ ਆ 4 ਮਤਲਬ ਕੀ ਕਹਿ ਸਕਦੇ ਆ ਆਪਾਂ ਜਾਂ ਇਹਨੂੰ ਕੀ ਕਰ ਸਕਦੇ ਆ ਵੀ ਏ ਨੂੰ 5 ਲਿਖੋ ਬੀ ਨੂੰ 4 ਲਿਖੋ ਕਿੰਨਾ ਬਣ ਗਿਆ 4 5 9 9 ਬਣ ਗਿਆ ਕਿ 9 ਇੱਕ ਪ੍ਰਕਿਰਤਿਕ ਸੰਖਿਆ ਹੈ ਹਾਂਜੀ ਨੋ ਪ੍ਰਕਿਰਤਿਕ ਸੰਖਿਆ ਹੈ ਤਾਂ ਇਹਦਾ ਮਤਲਬ ਇਹਨਾਂ ਨੇ ਪਿਛੇ ਵੀ ਪ੍ਰਕਿਰਤਿਕ ਸੰਖਿਆ ਨਹੀਂ ਹੋ ਸਕਦੀ ਜੋੜ ਵਾਲੀ ਤਾਂ ਹੋ ਸਕਦੀ ਆ ਵੀ ਦੋ ਪ੍ਰਕਿਰਤਿਕ ਸੰਖਿਆਵਾਂ ਦਾ ਜੋੜ ਤਾਂ ਹਮੇਸ਼ਾ ਪ੍ਰਕਿਰਤਿਕ ਸੰਖਿਆ ਹੀ ਹੋਵੇਗਾ ਇਹ ਵੀ ਕਹਿ ਸਕਦੇ ਆ ਹਾਂਜੀ a ਮੰਨੀ ਆਪਾਂ 5 ਤੇ b ਮੰਨੀ ਆਪਾਂ 4 ਹੁਣ ਇੱਥੇ ਗੁਣਾ ਮਤਲਬ ਗੁਣਾ ਕਰਨੀ ਆਪਾਂ ab ਦਾ ਮਤਲਬ a b ਆ ਤੇ a ਦਾ ਮਤਲਬ ਕੀ ਹੈ ਇੱਥੇ 5 b ਦਾ ਮਤਲਬ ਕੀ ਹੈ ਇੱਥੇ 4 ਆ ਤੇ ਗੁਣਾ ਕਰਕੇ ਕਿੰਨਾ ਆ ਗਿਆ 4 5 20 ਤਾਂ ਇਹ ਵੀ ਪ੍ਰਕਿਰਤਿਕ ਸੰਖਿਆ ਕਿਉਂਕਿ 1 ਤੋਂ ਸ਼ੁਰੂ ਹੋ ਕੇ ਸਾਰੀਆਂ ਪ੍ਰਕਿਰਤਿਕ ਸੰਖਿਆ ਹੁੰਦੀ ਆ ਤਾਂ 20 ਵੀ ਵਿੱਚ ਹੀ ਆਊਗੀ ਪਹਿਲਾਂ 9 ਆਉਂਦੀ ਸੀ 9 ਵੀ ਵਿੱਚ ਹੀ ਆਊਗੀ ਹਾਂਜੀ ਸੀ ਆਪਸ਼ਨ ਹੈ a b a ਕਿੰਨਾ 5 b b ਕਿੰਨੀ ਆ 4 5 4 ਕੀ ਇਹ ਪ੍ਰਕਿਰਤਿਕ ਸੰਖਿਆ ਨਹੀਂ ਇਹ ਪ੍ਰਕਿਰਤਿਕ ਸੰਖਿਆ ਨਹੀਂ ਉਹਨੇ ਪੁੱਛਿਆ ਵੀ ਪ੍ਰਕਿਰਤਿਕ ਸੰਖਿਆ ਕਿਹੜੀ ਨਹੀਂ ਹੋ ਸਕਦੀ ਤਾਂ ਕਿਹੜੀ ਨਹੀਂ ਹੋ ਸਕਦੀ ਸੀ ਨਹੀਂ ਹੋ ਸਕਦੀ ਉੱਤਰ ਇਹਦੇ ਚ ਆ ਗਿਆ ਆਪਣਾ ਸੀ ਹੁਣ ਗੱਲ ਕਰਦੇ ਆਂ ਆਪਾਂ ਵੀ ਜੇ ਇਹ ਪ੍ਰਕਿਰਤਿਕ ਸੰਖਿਆ ਨਹੀਂ ਤਾਂ ਇਹ ਕਿਹੜੀ ਸੰਖਿਆ ਫਿਰ ਇਹਨੂੰ ਕਹਿੰਦੇ ਹੁੰਨੇ ਆਂ ਆਪਾਂ ਪਰਿਮੇਯ ਸੰਖਿਆ ਠੀਕ ਹੈ ਜੀ ਪਰਿਮੇਯ ਸੰਖਿਆ ਕੀ ਹੁੰਦੀ ਆ ਭਟਿਆਂ ਵਾਲੀ ਸੰਖਿਆ ਨੂੰ ਆਪਾਂ ਪਰਿਮੇਯ ਸੰਖਿਆ ਕਹਿ ਸਕਦੇ ਹਾਂ ਜਿਹਦੇ ਵਿੱਚ ਜਿਹੜਾ ਹਰ ਆ ਉਹ ਜ਼ੀਰੋ ਨਾ ਹੋਵੇ ਡਿਟੇਲ ਦੇ ਵਿੱਚ ਆਪਾਂ ਗੱਲਾਂ ਕਰ ਚੁੱਕੇ ਆਂ ਇਹ ਹਾਂਜੀ ਹਾਂਜੀ ਬੇਟਾ ਅਗਲਾ ਸਵਾਲ ਹੈ ਆਪਣਾ ਪੂਰਨ ਸੰਖਿਆਵਾਂ ਬਾਰੇ ਗਲਤ ਕਥਨ ਚੁਣੋ ਆਪਾਂ ਨੂੰ ਚਾਰ ਕਥਨ ਦਿੱਤੇ ਹੋਏ ਨੇ ਇਹਨਾਂ ਨੇ A B C D ਕਿਹਦੇ ਨਾਲ ਸਬੰਧਤ ਪੂਰਨ ਸੰਖਿਆਵਾਂ ਬਾਰੇ ਪੂਰਨ ਸੰਖਿਆਵਾਂ ਮਤਲਬ ਹੋਲ ਨੰਬਰ WHO ਵਾਲੀ ਨੰਬਰਸ ਹੋਲ ਨੰਬਰਸ ਉਹਨਾਂ ਬਾਰੇ ਦੱਸਣਾ ਵੀ ਇਹਨਾਂ ਵਿੱਚੋਂ ਗਲਤ ਕਿਹੜਾ ਹੈ ਮਤਲਬ ਵੀ ਤਿੰਨ ਤਾਂ ਇਹਨਾਂ ਨੇ ਸਹੀ ਦਿੱਤੇ ਹੋਣਗੇ ਤਿੰਨ ਸਹੀ ਹੋਣਗੇ ਇੱਕ ਗਲਤ ਹੋਊਗਾ ਉਹ ਆਪਣਾ ਉੱਤਰ ਹੋ ਜੋ ਗਲਤ ਹੋਊਗਾ ਵੇਖੋ ਤੁਸੀਂ ਤ੍ਰਿਤਿਕ ਸੰਖਿਆਵਾਂ ਨਾਲ ਪੂਰਨ ਸੰਖਿਆਵਾਂ ਨਾਲ ਭਾਜ ਸੰਖਿਆਵਾਂ ਨਾਲ ਭਾਜ ਸੰਖਿਆਵਾਂ ਨਾਲ ਬਹੁਤ سارے ਸਵਾਲ ਬਣਦੇ ਆ ਤੇ ਜੇ ਆਪਾਂ ਪੂਰਨ ਸੰਖਿਆਵਾਂ ਨੂੰ ਧਿਆਨ ਨਾਲ ਪੜ੍ਹਿਆਗਾ ਕਿਹੜੀ ਪੂਰਨ ਸੰਖਿਆ ਹੁੰਦੀ ਹੈ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੋਂ ਤੱਕ ਜਾਂਦੀ ਹੈ ਨਾ ਤਾਂ ਇਹ ਸਵਾਲ ਬੜਾ ਆਸਾਨ ਹੋ ਜੂਗਾ ਤਾਂ ਦੇਖੋ ਪਹਿਲੀ ਆਪਸ਼ਨ ਦਿੰਦੇ ਨੇ ਇਹ ਆਪਣੇ ਕੋਲੇ ਇੱਕ ਵਾਰ ਫਿਰ ਧਿਆਨ ਦਿਓ ਵੀ ਆਪਾਂ ਗਲਤ ਕਥਨ ਚੁਣਨਾਗਾ ਤਿੰਨ ਜਿਹੜੇ ਸਹੀ ਆ ਉਹ ਆਪਣਾ ਉੱਤਰ ਨਹੀਂ ਜਿਹੜਾ ਗਲਤ ਆ ਕਥਨ ਇਹਨਾਂ ਦੇ ਵਿੱਚੋਂ ਪੂਰਨ ਸੰਖਿਆਵਾਂ ਬਾਰੇ ਉਹ ਉਹ ਆਪਣਾ ਉੱਤਰ ਹੋਊਗਾ ਸਭ ਤੋਂ ਛੋਟੀ ਪੂਰਨ ਸੰਖਿਆ ਦੱਸੀ ਜਾ ਸਕਦੀ ਹੈ ਤਾਂ ਦੇਖੋ ਜਿਵੇਂ ਪ੍ਰਕਿਰਤਿਕ ਸੰਖਿਆਵਾਂ ਦੀ ਗੱਲ ਕੀਤੀ ਸੀ ਆਪਾਂ ਪਹਿਲੇ ਸਵਾਲ ਦੇ ਵਿੱਚ ਵੀ ਇੱਕ ਤੋਂ ਸ਼ੁਰੂ ਹੁੰਦੀਆਂ ਨੇ 1 2 3 ਕਾਊਂਟਿੰਗ ਨੰਬਰ ਵੀ ਕਿਹਾ ਜਾਂਦਾ ਵੀ ਜਦੋਂ ਆਪਾਂ ਕੋਈ ਵਸਤੂਆਂ ਨੂੰ ਗਿਣਨ ਲਈ ਵਰਤਦੇ ਆ ਤਾਂ ਇਹਨਾਂ ਨੂੰ ਪ੍ਰਕਿਰਤਿਕ ਸੰਖਿਆਵਾਂ ਕਿਹਾ ਜਾਂਦਾ ਹੈ ਠੀਕ ਹੈ ਜੀ ਪ੍ਰਕਿਰਤਿਕ ਸੰਖਿਆਵਾਂ ਆਪਾਂ ਇਸ ਸਵਾਲ ਦੇ ਵਿੱਚ ਗੱਲ ਕਰ ਰਹੇ ਹਾਂ ਪੂਰਨ ਸੰਖਿਆਵਾਂ ਦੀ ਤੇ ਫਿਰ ਪੂਰਨ ਸੰਖਿਆਵਾਂ ਕੀ ਹੁੰਦੀਆਂ ਹਨ ਪੂਰਨ ਸੰਖਿਆਵਾਂ ਹੁੰਦੀਆਂ ਨੇ ਜੋ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਹਨ ਤੇ ਐਂਡ ਤੱਕ ਆਪਾਂ ਕੋਈ ਦੱਸ ਨਹੀਂ ਸਕਦੇ ਵੀ ਅੰਤਿਮ ਸੰਖਿਆ ਕੀ ਹੋਗੀ ਵੱਡੀ ਤੋਂ ਵੱਡੀ ਪੂਰਨ ਸੰਖਿਆ ਨਹੀਂ ਦੱਸੀ ਜਾ ਸਕਦੀ ਵੱਡੀ ਤੋਂ ਵੱਡੀ ਪ੍ਰਕਿਰਤਿਕ ਸੰਖਿਆ ਨਹੀਂ ਦੱਸੀ ਜਾ ਸਕਦੀ ਤਾਂ ਇਹ ਕਹਿੰਦੇ ਵੀ ਸਭ ਤੋਂ ਛੋਟੀ ਪੂਰਨ ਸੰਖਿਆ ਦੱਸੀ ਜਾ ਸਕਦੀ ਹੈ ਇਹ ਠੀਕ ਆ ਸਭ ਤੋਂ ਛੋਟੀ ਪੂਰਨ ਸੰਖਿਆ ਕਿਹੜੀ ਹੈ ਜ਼ੀਰੋ ਕਿਉਂਕਿ ਜ਼ੀਰੋ ਤੋਂ ਸ਼ੁਰੂ ਹੁੰਦੀਆਂ ਹਨ ਇੱਕ ਤੋਂ ਸ਼ੁਰੂ ਹੋਣ ਵਾਲੀਆਂ ਪ੍ਰਕਿਰਤਿਕ ਸੰਖਿਆਵਾਂ ਤੇ ਜ਼ੀਫਰ ਤੋਂ ਸ਼ੁਰੂ ਹੋਣ ਵਾਲੀਆਂ ਪੂਰਨ ਸੰਖਿਆਵਾਂ ਤੇ ਜਦੋਂ ਮਾਈਨਸ ਵਾਲੀਆਂ ਰਲ ਜਾਂਦੀਆਂ ਹਨ ਉਹਨਾਂ ਨੂੰ ਕਿਹਾ ਜਾਂਦਾ ਹੁੰਦਾ ਸੰਪੂਰਨ ਸੰਖਿਆਵਾਂ ਜਾਨੀ ਇੰਟੀਜਰਸ ਇੰਗਲਿਸ਼ ਦੇ ਵਿੱਚ ਹਾਂਜੀ ਜ਼ੀਫਰ ਤੋਂ ਛੋਟੀ ਪੂਰਨ ਸੰਖਿਆ ਨਹੀਂ ਹੈ ਜ਼ੀਫਰ ਤੋਂ ਛੋਟੀ ਪੂਰਨ ਸੰਖਿਆ ਨਹੀਂ ਹੈ ਹਾਂ ਬਿਲਕੁਲ ਨਹੀਂ ਹੈ ਜੀ ਕਿਉਂਕਿ ਜ਼ੀਫਰ ਤੋਂ ਛੋਟਾ ਅੰਕ ਆਊਗਾ ਮਾਈਨਸ ਇੱਕ ਤੇ ਜਦੋਂ ਮਾਈਨਸ ਇੱਕ ਮਾਈਨਸ 2 ਇਸ ਤਰ੍ਹਾਂ ਬਣ ਜਾਣਗੇ ਬਣ ਜਾਣਗੇ ਸੰਪੂਰਨ ਸੰਖਿਆਵਾਂ ਵਿੱਚ ਬਣ ਜਾਣਗੀਆਂ ਇਹ ਆਪਾਂ ਪੂਰਨ ਸੰਖਿਆਵਾਂ ਦੀ ਗੱਲ ਕਰੀ ਜਾਂਦੇ ਆ ਇਹ ਵੀ ਠੀਕ ਆ ਇਹ ਵੀ ਠੀਕ ਆ ਸੀ लगातार पूर्ण संख्याव दा अंतर हमेशा एक होगा लगातार पूर्ण संख्या देखो दो तीन लगातार दा अंतर कि होगा अंतर मतलब घटाओ कि होगी एक अगे जाके मान के चलो पैंट शर्ट आ गया ठीक तो है जी दा अंतर कि होगा एक होगा तो भी ठीक है यीक मतलब जो तिने ठीक है तो डी गलत अब होगा दो लगातार पूर्ण संख्या कोई भी ले लो दो लगातार पूर्ण संख्या मान के चलो दो तीन ਦੋ ਲਗਾਤਾਰ ਪੂਰਨ ਸੰਖਿਆਵਾਂ ਵਿਚਕਾਰ ਇੱਕ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਹੁਣ ਦੇਖੋ ਦੋ ਲਗਾਤਾਰ ਪੂਰਨ ਸੰਖਿਆਵਾਂ ਦੇ ਵਿਚਕਾਰ ਇਹਨਾਂ ਦੇ ਵਿੱਚ ਜਾਂ ਤਾਂ ਭਟਿਆਂਵਾਲੀ ਸੰਖਿਆ ਆਊਗੀ ਤੇ ਜਾਂ ਪੁਆਇੰਟਾਂਵਾਲੀ ਸੰਖਿਆ ਆਊਗੀ ਜੋ ਕਿ ਪ੍ਰਕਿਰਤਿਕ ਸੰਖਿਆ ਨਹੀਂ ਹੈ ਪਰ ਇਹ ਕਹਿੰਦੇ ਵੀ ਦੋ ਲਗਾਤਾਰ ਪੂਰਨ ਸੰਖਿਆਵਾਂ ਵਿੱਚ ਪ੍ਰਕਿਰਤਿਕ ਸੰਖਿਆ ਹੁੰਦੀ ਹੈ ਬਿਲਕੁਲ ਗਲਤ ਹੈ ਜੀ ਲਗਾਤਾਰ ਪੂਰਨ ਸੰਖਿਆਵਾਂ ਦੇ ਵਿਚ ਪ੍ਰਕਿਰਤਿਕ ਸੰਖਿਆ ਨਹੀਂ ਹੁੰਦੀ ਆਪਾਂ ਗਲਤ ਕਥਨ ਹੀ ਚੁਣਨਾ ਸੀ ਤੇ ਗਲਤ ਕਥਨ ਕਿਹੜਾ ਹੈਗਾ ਡੀ ਇਹਦਾ ਮਤਲਬ ਆਪਣਾ ਉੱਤਰ ਇਹਦੇ ਵਿੱਚ ਆਊਗਾ ਡੀ ਹਾਂਜੀ ਅਗਲਾ ਸਵਾਲ ਦੇਖੋ ਇਹ ਸੀਟੈਟ ਦੇ ਵਿੱਚ ਵੀ ਕਈ ਵਾਰ ਪੁੱਛਿਆ ਗਿਆਗਾ ਤੇ ਪਿਛਲੀ ਵਾਰ 2022 ਦੇ ਵਿੱਚ ਨਵੋਦੇ ਦੇ ਪੇਪਰ ਵਿੱਚ ਵੀ ਇਹ ਸਵਾਲ ਆਇਆ ਹੋਇਆ ਹੈ ਬੇਟਾ ਤੁਸੀਂ ਆਪਣੀ ਗਾਈਡ ਦੇ ਵਿੱਚ ਵੇਖਿਆ ਹੋਗਾ ਇਹ ਸਵਾਲ ਹੋ ਸਕਦਾ ਹੱਲ ਵੀ ਕਰ ਲਿਆ ਹੋਵੇ ਸਵਾਲ ਹੈ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ ਜੇਕਰ ਉਸੇ ਸੰਖਿਆ ਵਿੱਚੋਂ ਘਟਾਇਆ ਜਾਵੇ ਤਾਂ ਬਾਕੀ ਬਚੀ ਸੰਖਿਆ ਭਾਜਯੋਗ ਹੋਵੇਗੀ 2 ਨਾਲ 9 ਨਾਲ 7 ਨਾਲ ਤੇ ਜਾਂ ਫਿਰ ਦਾ ਸਨਾਂ ਦੇਖੋ ਧਿਆਨ ਨਾਲ ਰਕਮ ਪੜ੍ਹਨੀ ਆਪਾਂ ਦੋ ਅੰਕਾਂ ਦੀ ਸੰਖਿਆ ਦੀ ਗੱਲ ਹੋ ਰਹੀ ਆ ਦੋ ਅੰਕਾਂ ਦੀ ਸੰਖਿਆ ਹੁਣ ਦੋ ਅੰਕਾਂ ਦੀ ਸੰਖਿਆ માં ਜੇ ਪੁੱਛਿਆ ਜਾਵੇ ਵੀ ਦੋ ਅੰਕਾਂ ਦੀ ਇਹ ਕੁੱਲ ਸੰਖਿਆਵਾਂ ਕਿੰਨੀਆਂ ਹਨ ਤੁਹਾਨੂੰ ਸਵਾਲ ਕਰਵਾਇਆ ਹੋਇਆ ਮੈਂ ਦੋ ਅੰਕਾਂ ਦੀਆਂ ਕੁੱਲ ਸੰਖਿਆਵਾਂ ਕਿੰਨੀਆਂ ਹਨ ਇਹਦਾ ਸਵਾਲ ਜਵਾਬ ਤੁਸੀਂ ਦਿਓਗੇ ਮੈਨੂੰ ਇਸ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਲਿਖ ਦਿਓ ਜਾਂ WhatsApp ਮੈਨੂੰ ਕਰ ਦਿਓ ਨੰਬਰ ਤੁਹਾਡੇ ਕੋਲੇ ਹੈ ਵੀ ਦੋ ਅੰਕਾਂ ਦੀਆਂ ਕੁੱਲ ਸੰਖਿਆਵਾਂ ਕਿੰਨੀਆਂ ਹਨ ਤ ਸ ਦੋ ਅੰਕਾਂ ਦੀ ਕਿਸੇ ਵੀ ਸੰਖਿਆ ਦੀ ਗੱਲ ਹੋ ਰਹੀ ਹੈ ਕੋਈ ਦੋ ਅੰਕਾਂ ਦੀ ਕੋਈ ਵੀ ਸੰਖਿਆ ਮੰਨ ਕੇ ਚੱਲੋ ਮੈਂ ਲੈ ਲੈਂਗਾ 86 ਲੈ ਲਈ ਦੋ ਅੰਕਾਂ ਦੇ ਦੋ ਅੰਕਾ ਦੇ ਵਿੱਚ ਇੱਕ ਅੰਕ ਇਹ ਤੇ ਇੱਕ ਅੰਕ ਇਹ ਇਕਾਈ ਦਹਾਈ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ ਹੈ ਇੱਕ ਅੰਕ ਹੈ ਆਪਣੇ ਕੋਲੇ 8 ਤੇ ਦੂਸਰਾ ਅੰਕ ਹੈ ਆਪਣੇ ਕੋਲ 6 ਦਾ ਜੋੜ ਕਿੰਨਾ ਆ ਗਿਆ ਜੋੜ 8 ਤੇ 6 14 ਦੋ ਅੰਕਾਂ ਵਾਲੀ ਸੰਖਿਆ ਕਿਹੜੀ ਆ ਇਤੋਂ ਤੱਕ ਗੱਲ ਹੋਈ ਜੀ ਦੀ 86 ਅੰਕਾਂ ਦਾ ਜੋੜ ਕਿੰਨਾ ਆ ਗਿਆ 14 ਜੇਕਰ ਉਸੇ ਸੰਖਿਆ ਵਿੱਚੋਂ ਘਟਾਇਆ ਜਾਵੇ ਜੋੜ ਆ ਜਿਹੜਾ ਇਸੇ ਸੰਖਿਆ ਵਿੱਚੋਂ ਘਟਾਇਆ ਜਾਵੇ ਮਤਲਬ 86 ਦੇ ਵਿੱਚੋਂ ਆਪਾਂ ਕਿੰਨੇ ਘਟਾਉਣੇ ਆ 14 ਘਟਾਓ ਜੀ 6 ਦੇ ਵਿੱਚੋਂ 4 ਗਏ 2 7 ਦੇ ਲਾ ਲਿਆ ਆਪਾਂ 7 8 ਦੇ ਵਿੱਚੋਂ 1 ਗਿਆ 7 ਤਾਂ ਘਟਾਓ ਕਿੰਨੀ ਆ ਗਈ ਆਪਣੇ ਕੋਲੇ 72 ਘਟਾਇਆ ਜਾਵੇ ਤਾਂ ਬਾਕੀ ਬਚੀ ਸੰਖਿਆ ਭਾਜਯੋਗ ਹੋਵੇਗੀ ਬਾਕੀ ਬਚੀ ਸੰਖਿਆ ਕਿਹੜੀ ਜਿਵੇਂ ਦੇ ਵਿੱਚ ਕੀ ਬਚ ਗਿਆ 72 72 ਦੀ ਗੱਲ ਹੋ ਰਹੀ ਹੈ ਹੁਣ ਵੀ ਇਹ ਭਾਜਯੋਗ ਹੋਵੇਗੀ ਕਹਿੰਦੇ ਭਾਗ ਵੰਡੀ ਜਾਵੇਗੀ ਕਿਹਦੇ ਨਾਲ 2 ਨਾਲ 9 ਨਾਲ 7 ਨਾਲ ਕਿ 10 ਨਾਲ ਤਾਂ ਤੁਸੀਂ ਵੇਖੋਗੇ ਵੀ 72 ਜਿਹੜਾ ਕਿਹਦੇ ਨਾਲ ਵੰਡਿਆ ਗਿਆ 2 ਨਾਲ ਵੀ ਵੰਡਿਆ ਗਿਆ 36 2 72 ਤੇ 9 ਨਾਲ ਵੀ ਵੰਡਿਆ ਗਿਆ 8 9 72 7 ਤੇ 10 ਨਾਲ ਨਹੀਂ ਵੰਡਿਆ ਗਿਆ ਇਹਦਾ ਮਤਲਬ ਇੱਥੋਂ ਇਹ ਤਾਂ ਦੋਨੋਂ ਨਿਕਲ ਗਏ ਆਪਸ਼ਨ ਦੇ ਵਿੱਚੋਂ ਨਾ ਸੀ ਉੱਤਰ ਆਊਗਾ ਆਪਣਾ ਤੇ ਨਾ ਡੀ ਉੱਤਰ ਆਊਗਾ ਉੱਤਰ ਆ ਗਿਆ ਆਪਣੇ ਕੋਲੇ ਏ ਜਾਂ ਬੀ ਪਰ ਉੱਤਰ ਦੋਵੇਂ ਤਾਂ ਆ ਨਹੀਂ ਸਕਦੇ ਇੱਕ ਆਊਗਾ ਹੋ ਸਕਦਾ ਬਾਈ ਚਾਂਸ ਇਹ ਦੋਨਾਂ ਨਾਲ ਵੰਡੀ ਗਈ ਹੋਵੇ ਆਪਾਂ ਰਕਮ ਇੱਕ ਹੋਰ ਲੈ ਕੇ ਵੇਖ ਲੈਨੇ ਆ ਤਾਂ ਰਕਮ ਲਓ ਆਪਣੇ ਕੋਲੇ ਹੋਰ ਹੋਰ ਮੰਨ ਕੇ ਚਲੋ ਮੈਂ ਲੈ ਲਈ 91 ਰਕਮ ਆ ਗਈ ਜੀ ਆਪਣੇ ਕੋਲੇ 91 ਹੁਣ ਇਹਨਾਂ ਦੇ ਅੰਕਾਂ ਦਾ ਜੋੜ ਕਿੰਨਾ ਆ ਗਿਆ ਜਣੀ 9 ਦਾ ਤੇ 1 ਦਾ ਜੋੜ ਕਿੰਨਾ ਆ ਗਿਆ ਆਪਣੇ ਕੋਲੇ 10 ਹੁਣ ਦੋ ਅੰਕਾਂ ਦੀ ਸੰਖਿਆ ਦੇ ਅੰਕਾਂ ਦਾ ਜੋੜ ਆ ਜਿਹੜਾ ਸੰਖਿਆ ਦੇ ਵਿੱਚੋਂ ਘਟਾਉਣਾ ਹੈ ਘਟਾਓ ਕਿੰਨਾ ਰਹਿ ਗਿਆ ਜੀ 1 8 81 ਇੱਥੇ ਆਪਾਂ ਨੂੰ ਇਹਨਾਂ ਦੇ ਵਿੱਚੋਂ ਪਤਾ ਲੱਗ ਜੂ ਵੀ ਅਸਲ ਉੱਤਰ ਕਿਹੜਾ ਆਪਣਾ 81 ਦੋ ਤੇ ਤਾਂ ਨਹੀਂ ਵੰਡਿਆ ਜਾਂਦਾ ਇਹਦਾ ਮਤਲਬ ਵੀ ਦੋ ਤੇ ਬਾਈ ਚਾਂਸ ਵੰਡੀ ਗਈ ਪਰ ਦੋ ਤੇ ਸਾਰੀਆਂ ਰਕਮਾਂ ਨਹੀਂ ਵੰਡੀਆਂ ਜਾਂਦੀਆਂ ਤਾਂ ਉੱਤਰ ਕੀ ਆ ਜਾਊਗਾ ਆਪਣਾ 9 ਤੁਸੀਂ ਹੋਰ ਵੀ ਵੈਰੀਫਾਈ ਕਰ ਸਕਦੇ ਹੋ ਕੋਈ ਵੀ ਦੋ ਰਕਮਾਂ ਲੇਖ ਕੇ ਉਹਨਾਂ ਦੇ ਅੰਕਾਂ ਦਾ ਜੋੜ ਉਹਦੇ ਵਿੱਚੋਂ ਘਟਾ ਦਿਓ ਜਿਹੜਾ ਬਾਕੀ ਬਚੂਗਾ ਉਹ ਹਮੇਸ਼ਾ ਕਿਤੇ ਤੇ ਵੰਡਿਆ ਜਾਊ 9 ਦੇ ਹਾਂਜੀ ਅੱਗੇ ਹੈ ਆਪਣੇ ਕੋਲ ਹੇਠ ਲਿਖੀਆਂ ਵਿੱਚੋਂ ਕਿਹੜੀ ਸੰਖਿਆ 25 ਤੇ ਭਾਜਯੋਗ ਹੋਵੇਗੀ 25 ਤੇ ਕਿਹੜੀ ਵੰਡੀ ਜਾਊਗੀ ਹਾਂਜੀ ਪਹਿਲੀ ਹੈ ਆਪਣੇ ਕੋਲੇ 438965 ਅੱਗੇ ਹੈ ਆਪਣੇ ਕੋਲੇ 987415 263785 ਤੇ 349600 77 ਆਪਾਂ ਦਥਾਣਾ 25 ਤੇ ਕਿਹੜੀ ਵੰਡੀ ਜਾਊ ਤਾਂ 25 ਦਾ ਨਿਜ਼ਮ ਹੈ ਜੀ ਆਪਣੇ ਕੋਲ ਦੇਖੋ ਸਾਰਿਆਂ ਨੂੰ ਵੰਡ ਕੇ ਨਹੀਂ ਵੇਖਣਾ ਆਪਾਂ ਬੜਾ ਟਾਈਮ ਖਰਾਬ ਹੋ ਜਾਣਾਗਾ ਆਪਾਂ ਦੇਖਣਾ ਲਾਸਟ ਵਾਲੇ ਦੋ ਅੰਕ ਨੇ ਜਿਹੜੇ ਉਹ 25 ਤੇ ਕਿਹੜੇ ਵੰਡੇ ਜਾਂਦੇ ਨੇ 65 ਨਹੀਂ ਵੰਡੇ ਜਾਂਦੇ 25 ਦੇ ਪਹਾੜਾ ਸੌਖਾ ਦਾ 65 ਨਹੀਂ ਆਉਂਦੇ ਵਿੱਚ 15 ਨਹੀਂ ਆਉਂਦੇ 85 ਨਹੀਂ ਆਉਂਦੇ 75 ਆਉਂਦੇ ਨੇ 25 3 75 ਤਾਂ ਕਿਹੜੀ ਰਕਮ ਵੰਡੀ ਜਾਊਗੀ ਆਪਣੇ ਕੋਲੇ 34 96 75 ਅਗਲਾ ਸਵਾਲ ਹੈ ਆਪਣੇ ਕੋਲੇ ਜੇ ਏ ਬੀ ਫੀ ਕਿਥੇ ਸੰਖਿਆ ਦੇ ਅੰਕ ਹੋਣ ਤਾਂ ਸੰਖਿਆ ਹੋਵੇਗੀ ਆਪਣੇ ਕੋਲੇ ਇਹ ਕਿਸੇ ਸੰਖਿਆ ਆਪਣੇ ਤਿੰਨ ਅੰਕਾਂ ਦੀ ਸੰਖਿਆ ਮਤਲਬ ਉਹਦੇ ਵਿੱਚ ਇੱਕ ਅੰਕ a ਆ ਇੱਕ b ਆ ਤੇ ਇੱਕ c ਆ a b ਤੇ c ਆਪਣੇ ਕੋਲੇ ਅੰਕ ਨੇ ਡਿਜੀਟ ਨੇ ਠੀਕ ਹੈ ਜੀ ਦੇਖੋ ਅਗਲਾ ਸਵਾਲ ਮੈਂ ਤੁਹਾਨੂੰ ਦੇ ਰਿਆਂਗਾ ਤੁਹਾਡੇ ਕਰਨ ਵਾਸਤੇ ਤੋਂ ਅਗਲਾ ਗੱਜੜਾ ਤੇ ਤੁਹਾਨੂੰ ਮੈਂ ਪਹਿਲਾਂ ਵਾਲੀਆਂ ਵੀਡੀਓ ਦੇ ਵਿੱਚ ਕਿਵੇਂ ਚ ਦੱਸਿਆ ਹੋਇਆ ਵੀ ਅੰਕ ਤੇ ਸੰਖਿਆ ਦੇ ਵਿੱਚ ਕੀ ਫਰਕ ਹੁੰਦਾ ਦਾ ਤੇ ਇਹਦੇ ਨਾਲ ਹੀ ਰਿਲੇਟਡ ਮਤਲਬ ਜੇ ਤੁਹਾਨੂੰ ਕਲੀਅਰ ਆ ਹੋ ਤਾਂ ਉਹ ਸਵਾਲ ਤੁਹਾਨੂੰ ਆ ਜਾਊਗਾ ਤੁਸੀਂ ਆਪ ਕਰਨਾ ਹੋਊਗਾ ਤੇ ਮੈਨੂੰ WhatsApp ਕਰਨਾ ਹੋਊ ਤੇ ਜਾਂ ਫਿਰ ਉਹਦਾ ਅਨਸਰ ਜਿਹੜਾ ਉਹ ਕਮੈਂਟ ਬਾਕਸ ਦੇ ਵਿੱਚ ਲਿਖਣਾ ਹੋਊਗਾ ਹਾਂਜੀ ਤੇ ਇਸ ਸਵਾਲ ਦੀ ਗੱਲ ਕਰਦੇ ਆ ਇਹਦੇ ਵਿੱਚ ABC ਕਿਸੇ ਅੰਕ ਸੰਖਿਆ ਦੇ ਅੰਕ ਆ ਤਾਂ ਆਪਾਂ ਦੱਸੇ ਕਿ ਸੰਖਿਆ ਕੀ ਹੈ ਦੇਖੋ ਆਪਸ਼ਨਾਂ ਦਿੱਤੀਆਂ ਹੋਈਆਂ ਨੇ ਤਾਂ ਵੈਸੇ ਹੀ ਵੇਖ ਲਓ ਕਿ ਸਭ ਤੋਂ ਇਧਰ ਹੁੰਦਾ ਜਿਹੜਾ ਇਹ ਹੁੰਦਾ ਇਕਾਈ ਅੰਕ ਯੂਨਿਟ ਪਲੇਸ ਜਿਹਨੂੰ ਕਹਿ ਦਿੰਦੇ ਆ ਦੂਸਰੇ ਨੰਬਰ ਤੇ ਹੁੰਦਾ ਆਪਣੇ ਕੋਲੇ 10 ਯੰਕ ਟੈਂਸ ਪਲੇਸ ਤੇ ਤੀਸਰੀ ਨੂੰ ਕਹ ਦਿੰਦੇ ਹੁੰਨੇ ਆਪਾਂ ਇਕਾਈ ਦਹਾਈ ਸੈਂਕੜਾ ਸੈਂਕੜੇ ਵਾਲਾ ਠੀਕ ਆ ਜੀ ਇਕਾਈ ਦਾ ਮਤਲਬ ਹੁੰਦਾ ਗੁਣਾ 1 ਮਤਲਬ ਸੀ ਗੁਣਾ 1 ਪਲੱਸ ਦਹਾਈ ਦਾ ਮਤਲਬ ਹੁੰਦਾ ਗੁਣਾ 10 10 ਗੁਣਾ ਬੀ ਲਿਖ ਸਕਦੇ ਆਪਾਂ ਪਲੱਸ ਸੈਂਕੜੇ ਦਾ ਮਤਲਬ ਹੁੰਦਾ ਗੁਣਾ 100 ਮਤਲਬ 100 ਗੁਣਾ ਏ ਹੁਣ ਦੇਖੋ ਜਦੋਂ ਏ ਨੂੰ ਤੇ 100 ਨੂੰ ਗੁਣਾ ਕਰਾਂਗੇ ਆਪਾਂ ਬੇਟਾ ਇਹ ਆ ਜਾਊਗਾ 100a ਪਲੱਸ ਉਹਦੇ ਆ ਗਿਆ 100 ਨੂੰ ਸੋਰੀ 10 ਨੂੰ ਤੇ 20 ਨੂੰ ਗੁਣਾ ਕੀਤਾ ਜਦੋਂ ਇਹ ਆ ਗਿਆ ਆਪਣੇ ਕੋਲੇ 10b ਪਲੱਸ ਤੇ c a ਕਮ c ਤੇ ਆ ਦੇਖੋ ਉੱਤਰ ਕਿਹੜਾ ਹੈਗਾ ਆਪਣਾ ਉੱਤਰ ਹੈ ਆਪਣਾ d 100a 10b c ਇਹ ਸੰਖਿਆ ਬਣੂਗੀ ਮਤਲਬ ਕਿ ਵੀ ਜਿਹੜਾ ਇਕਾਈ ਵਾਲਾ ਉਹਨੂੰ ਇਕਾਈ ਨਾਲ ਗੁਣਾ ਜਿਹੜਾ ਦਹਾਈ ਵਾਲਾ ਨੂੰ ਦਹਾਈ ਦਸ ਨਾਲ ਗੁਣਾ ਜਿਹੜਾ ਸੈਂਕੜਾ ਵਾਲਾ ਨੂੰ ਸੈਂਕੜਾ ਮਤਲਬ 100 ਨਾਲ ਗੁਣਾ ਤੇ ਸਾਰੇ ਆਂਦਾ ਜੋੜ ਇਹ ਹੁੰਦਾ ਆਪਣੇ ਕੋਲੇ ਤੇ ਵੈਸੇ ਵੀ ਜੇ ਕੋਈ ਆਪਣੇ ਕੋਲੇ ਰਕਮ ਆ ਮੰਨ ਕੇ ਚੱਲੋ ਵੀ 734 ਆ ਤੇ ਇਹਦੋਂ ਜੇ ਆਪਾਂ ਕਹਿ ਦਈਏ ਵਿਖੋ ਐਕਸਪੈਂਡਡ ਫਾਰਮ ਦੇ ਵਿੱਚ ਲਿਖੋ ਤਾਂ ਕਿਵੇਂ ਲਿਖਦੇ ਹੁੰਨੇ ਆਪਾਂ ਦੇਖੋ ਇਹਨੂੰ ਕਿਵੇਂ ਲਿਖਾਂਗੇ ਆਪਾਂ 700 30 ਤੇ 4 ਇਹ ਹੈ ਹੁਣ 700 ਕਿੱਥੋਂ ਬਣਿਆਗਾ 7 100 ਤੋਂ 3 ਕਿੱਥੋਂ ਬਣਿਆ 3 10 ਤੋਂ ਤੇ 4 ਕਿੱਥੋਂ ਬਣਿਆ 4 1 ਤੋਂ ਹੁਣ 4 ਨੂੰ 1 ਨਾਲ ਗੁਣਾ ਕਿਉਂ ਕੀਤੀ ਗਈ ਹੈ ਕਿਉਂਕਿ ਇਹਨੂੰ ਇਕਾਈ ਕਹਿੰਦੇ ਆ ਇਕਾਈ ਦਾ ਮਤਲਬ ਹੁੰਦਾ ਗੁਣਾ 1 ਮਲਟੀਪਲਾਈਡ ਬਾਈ 1 ਪਲੱਸ 10 ਇੱਥੋਂ ਲਿਆਗਾ ਆਪਾਂ ਤੇ 10 ਇੱਥੋਂ ਲਿਆ ਕਿਉਂਕਿ ਦਹਾਈ ਵਾਲੀ ਤਾਂ ਤੇ ਇਕਾਈ ਦਹਾਈ ਦਹਾਈ ਵਾਲੀ ਜਗ੍ਹਾ ਤੇ ਆਈ ਪਲੱਸ 7 ਇਹ ਆ ਗਿਆ ਤੇ ਸੈਂਕੜਾ ਕਿਉਂਕਿ ਸੈਂਕੜੇ ਵੀ ਦੀਗਾ ਤੇ ਇਕਾਈ ਦਹਾਈ ਸੈਂਕੜਾ ਤਾਂ ਬਿਲਕੁਲ ਸੇਮ ਇਹਦੇ ਤੇ ਆਪਾਂ ਅਪਲਾਈ ਕੀਤਾ ਹੋਇਆ ਫਾਰਮੂਲਾ ਸੈਂਕੜੇ ਦਾ ਮਤਲਬ ਗੁਣਾ 100 ਦਹਾਈ ਦਾ ਮਤਲਬ ਗੁਣਾ 10 ਤੇ ਇਕਾਈ ਦਾ ਮਤਲਬ ਗੁਣਾ 1 ਹਾਂਜੀ ਤੁਹਾਡੇ ਲਈ ਸਵਾਲ ਹਿੰਦੂ ਅਰੇਬਿਕ ਸੰਖਿਆ ਪ੍ਰਣਾਲੀ ਵਿੱਚ ਅੰਕਾਂ ਦੀ ਗਿਣਤੀ ਹੈ 9 99 10 ਕਿ ਅਣਗਿਣਤ ਤੁਸੀਂ ਇਹ WhatsApp ਕਰਨਾ ਤਾਂ ਉਹੀ 84277 49416 ਇਸ ਨੰਬਰ ਤੇ ਕਰ ਸਕਦੇ ਹੋ ਜਾਂ ਫਿਰ ਇਸ ਵੀਡੀਓ ਦੇ ਕਮੈਂਟ ਬਾਕਸ ਵਿੱਚ ਤੁਸੀਂ ਇਹਦਾ ਉੱਤਰ ਦਿਓਗੇ ਹਾਂਜੀ ਬਟਾ ਅੱਜ ਲਈ ਇੰਨੇ ਹੀ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ